ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਖੇਤੀਬਾੜੀ ਬਾਰੇ ਜਾਣਕਾਰੀ 'ਤੇ। ਸੋ ਕਿਸਾਨ ਵੀਰੋ, ਅੱਜ ਆਪਾਂ ETL ਲੈਵਲ 'ਤੇ ਗੱਲ ਕਰਾਂਗੇ ਕਿ ETL ਲੈਵਲ ਕੀ ਹੁੰਦਾ, ਇਕਨੋਮਿਕ ਥ੍ਰੈਸ਼ਹੋਲਡ ਲੈਵਲ ਹੁੰਦਾ ਕੀ ਹੈ, ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਹੋਰ ਕਈ ਯੂਨੀਵਰਸਿਟੀਆਂ ਵੱਲੋਂ ਪੈਕੇਜ ਐਂਡ ਪ੍ਰੈਕਟਿਸਿਸ, ਜੋ ਖੇਤੀ ਕਰਨ ਦੇ ਉੱਨਤ ਢੰਗ ਹੁੰਦੇ ਆ, ਉਹਨਾਂ ਦੇ ਵਿੱਚ ਲਿਖਿਆ ਹੁੰਦਾ ਕਿ ਜਦੋਂ ETL ਲੈਵਲ, ਇਕਨੋਮਿਕ ਥ੍ਰੈਸ਼ਹੋਲਡ ਲੈਵਲ ਇੰਨਾ ਹੋ ਜਾਵੇ ਤਾਂ ਉਦੋਂ ਤੁਸੀਂ ਸਪਰੇਅ ਕਰਨੀ ਹੈ ਜਾਂ ਉਦੋਂ ਤੁਸੀਂ ਬੂਟੇ ਨੂੰ ਪੱਟ ਦੇਣਾ ਹੈ ਜਾਂ ਉਸ ਟਾਈਮ ਪਾਣੀ ਦੇਣਾ ਹੈ। ਇਕਨੋਮਿਕ ਥ੍ਰੈਸ਼ਹੋਲਡ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਜੋ ਨਵੇਂ ਕਿਸਾਨ ਵੀਰ ਜੁੜੇ ਆ, ਕਿਸਾਨ ਵੀਰੋ ਆਪਣਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ। ਕਿਸਾਨ ਵੀਰੋ, ਜੋ ETL ਲੈਵਲ ਹੁੰਦਾ ਹੈ, ਇਕਨੋਮਿਕ ਥ੍ਰੈਸ਼ਹੋਲਡ ਲੈਵਲ, ਉਸਨੂੰ ਸਮਝਣ ਲਈ ਇੱਕ ਹੋਰ ਇਸੇ ਤਰ੍ਹਾਂ ਦੀ ਟਰਮ ਹੁੰਦੀ ਆ, ਇਕਨੋਮਿਕ ਇੰਜਰੀ ਲੈਵਲ। ਇਕਨੋਮਿਕ ਇੰਜਰੀ ਲੈਵਲ ਹੁੰਦੀ ਆ ਕਿ ਜਦੋਂ ਆਪਣੀ ਫਸਲ ਦੇ ਵਿੱਚ ਜੋ ਕੀੜੇ ਮਕੌੜੇ ਹੁੰਦੇ ਆ ਉਸਦਾ ਅਟੈਕ ਜਾਂ ਉਹਨਾਂ ਦੀ ਪਾਪੂਲੇਸ਼ਨ ਘੱਟ ਹੋਵੇ ਅਤੇ ਉਹਨਾਂ ਨੂੰ ਕੰਟਰੋਲ ਕਰਨ 'ਤੇ ਜਾਂ ਉਹਨਾਂ ਵੱਲੋਂ ਜਿੰਨਾ ਫਸਲ ਦਾ ਨੁਕਸਾਨ ਹੋਣਾ ਹੁੰਦਾ ਹੈ ਅਤੇ ਉਹਨਾਂ ਨੂੰ ਕੰਟਰੋਲ ਕਰਨ 'ਤੇ ਵੀ ਜਿਹੜੇ ਆਪਣਾ ਖਰਚਾ ਉਹ ਇੱਕੋ ਜਿਹਾ ਆਉਣਾ ਹੋਵੇ। ਉਦਾਹਰਣ ਦੇ ਤੌਰ 'ਤੇ ਝੋਨੇ ਦੀ ਫਸਲ ਦੇ ਵਿੱਚ ਪੱਤਾ ਲਪੇਟ ਸੁੰਡੀ ਦਾ ਅਟੈਕ ਹੁੰਦਾ ਤਾਂ ਜੇਕਰ ਆਪਾਂ ਉਸਨੂੰ ਕੰਟਰੋਲ ਕਰਨਾ ਹੋਵੇ, ਅਟੈਕ ਇੰਨਾ ਕੁ ਹੋਵੇ ਕਿ ਆਪਣੀ ਜੋ ਫਸਲ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣਾ 200 ਦਾ ਨੁਕਸਾਨ ਹੋ ਰਿਹਾ ਅਤੇ ਉਸ ਪਾਪੂਲੇਸ਼ਨ ਨੂੰ ਕੰਟਰੋਲ ਕਰਨ 'ਤੇ ਜਿਹੜੀ ਆਪਣੀ ਸਪਰੇਅ ਹੋਣੀ ਆ ਉਸਦਾ ਖਰਚਾ ਵੀ 200 ਹੋ ਰਿਹਾ ਤਾਂ ਉਸਨੂੰ ਆਪਾਂ ਕਹਾਂਗੇ ਕਿ ਹਜੇ ਜੋ ਦੋਨਾਂ ਦਾ ਸੇਮ ਆ ਗਿਆ, ਜਿੰਨਾ ਆਪਣਾ ਖਰਚਾ ਆਉਣਾ ਉਸਨੂੰ ਕੰਟਰੋਲ ਕਰਨ 'ਤੇ ਅਤੇ ਜਿੰਨਾ ਉਹਨਾਂ ਵੱਲੋਂ ਝਾੜ ਦਾ ਨੁਕਸਾਨ ਹੋਣਾ ਉਹ ਇੱਕੋ ਜਿਹਾ। ਅਤੇ ਇਸ ਨੂੰ ਆਪਾਂ ਕਹਾਂਗੇ ਕਿ ਹਜੇ ਜੋ ਇਹਨਾਂ ਦੀ ਪਲਾਂਟ 'ਤੇ ਜੋ ਕੀੜੇ ਮਕੌੜਿਆਂ ਦੀ ਪਾਪੂਲੇਸ਼ਨ ਆ, ਜੋ ਉਹਨਾਂ ਦੀ ਗਿਣਤੀ ਆ, ਉਹ ਇੰਨੀ ਕਰਕੇ ਆਪਣੀ ਜ਼ਿਆਦਾ ਫਸਲ ਦਾ ਨੁਕਸਾਨ ਨਹੀਂ ਹੋਣਾ ਅਤੇ ਆਪਾਂ ਨੂੰ ਹਜੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ। ਪਰ ਜਦੋਂ ਇਹਨਾਂ ਦੀ ਪਲਾਂ ਹਰੇਕ ਬੂਟੇ 'ਤੇ ਜਾਂ ਫਸਲ ਦੇ ਵਿੱਚ ਹੌਲੀ ਹੌਲੀ ਗਿਣਤੀ ਵੱਧਦੀ ਰਹਿੰਦੀ ਆ, ਗਿਣਤੀ ਇੰਨੀ ਪਹੁੰਚ ਜਾਂਦੀ ਆ ਕਿ ਜਿੰਨੀ ਖਰਚਾ ਆਪਣਾ ਸਪਰੇਅ 'ਤੇ ਆਉਣਾ ਹੁੰਦਾ ਉਸ ਖਰਚੇ ਦੇ ਨਾਲੋਂ ਆਪਣੇ ਝਾੜ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ। ਉਸਨੂੰ ਆਪਾਂ ਕਹਿੰਦੇ ਹਾਂ ਇਕਨੋਮਿਕ ਇੰਜਰੀ ਲੈਵਲ, ਕਿ ਜਿਹੜਾ ਖਰਚਾ ਇਹਨਾਂ ਨੂੰ ਕੰਟਰੋਲ ਕਰਨ 'ਤੇ ਆਉਣਾ ਉਹ ਘੱਟ ਹੋਵੇਗਾ ਅਤੇ ਇਹਨਾਂ ਵੱਲੋਂ ਹੋਣ ਵਾਲਾ ਜੋ ਨੁਕਸਾਨ ਆ ਉਹ ਜ਼ਿਆਦਾ ਹੋਵੇਗਾ। ਜਦੋਂ ਕੀੜੇ ਮਕੌੜਿਆਂ ਦੀ ਗਿਣਤੀ ਇਕਨੋਮਿਕ ਇੰਜਰੀ ਲੈਵਲ 'ਤੇ ਪਹੁੰਚ ਜਾਂਦੀ ਆ, ਉਸ ਤੋਂ ਬਾਅਦ ਆਉਂਦਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ। ਇਕਨੋਮਿਕ ਥ੍ਰੈਸ਼ਹੋਲਡ ਲੈਵਲ ਹੁੰਦਾ ਜਦੋਂ ਕੀੜੇ ਮਕੌੜਿਆਂ ਦੀ ਗਿਣਤੀ ਇੰਨੀ ਕੁ ਵੱਧ ਜਾਵੇ ਕਿ ਉਸ ਨਾਲ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੰਭਵ ਹੁੰਦਾ ਅਤੇ ਉਸ ਨੂੰ ਉਸ ਗਿਣਤੀ ਨੂੰ ਰੋਕਣ ਦੇ ਲਈ ਆਪਾਂ ਨੂੰ ਵਧੀਆ ਉਹਨਾਂ ਨੂੰ ਮੈਨੇਜ ਕਰਨ ਦੇ ਕਦਮ ਆਪਾਂ ਨੂੰ ਚੁੱਕਣੇ ਹੀ ਪੈਂਦੇ ਆ। ਉਸ ਨੂੰ ਕਹਿੰਦੇ ਆਪਾਂ ਇਕਨੋਮਿਕ ਥ੍ਰੈਸ਼ਹੋਲਡ ਲੈਵਲ। ਇਕਨੋਮਿਕ ਥ੍ਰੈਸ਼ਹੋਲਡ ਲੈਵਲ ਹਰੇਕ ਫਸਲ ਦੇ ਵਿੱਚ ਹਰੇਕ ਕੀੜੇ ਮਕੌੜੇ ਦੇ ਲਈ ਅਲੱਗ ਅਲੱਗ ਹੁੰਦਾ, ਕਿਉਂਕਿ ਜਿੰਨੇ ਵੀ ਕੀੜੇ ਮਕੌੜੇ ਹੁੰਦੇ ਆ ਫਸਲ 'ਤੇ ਅਟੈਕ ਕਰਦੇ ਆ ਉਹਨਾਂ ਦੇ ਅਟੈਕ ਦਾ ਅਤੇ ਉਹਨਾਂ ਦੇ ਨੁਕਸਾਨ ਦਾ ਵੀ ਫਰਕ ਹੁੰਦਾ। ਜਿਵੇਂ ਪੱਤਾ ਲਪੇਟ ਸੁੰਡੀ ਦੀ ਗੱਲ ਕਰੀਏ ਤਾਂ ਉਸਦਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ 10% ਹੈ। ਜਦੋਂ ਆਪਾਂ ਝੋਨੇ ਦੇ 100 ਬੂਝੇ ਦੇਖਦੇ ਹਾਂ, ਜੇਕਰ 100 ਬੂਝਿਆਂ ਦੇ ਵਿੱਚੋਂ ਆਪਾਂ ਨੂੰ 10 'ਤੇ ਝੋਨੇ ਦੇ ਪੱਤੇ ਦੀ ਲਪੇਟ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਉਸਦਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਆ। ਜੇ 10 ਹੋਣ ਜਾਂ 10 ਤੋਂ ਜ਼ਿਆਦਾ ਹੋਣ ਤਾਂ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਆ, ਨਹੀਂ ਤਾਂ ਸਪਰੇਅ ਦੇ ਖਰਚੇ ਨਾਲੋਂ ਆਪਣਾ ਜ਼ਿਆਦਾ ਨੁਕਸਾਨ ਹੋ ਜਾਂਦਾ। ਜੇ ਆਪਾਂ ਗੋਭ ਦੀ ਸੁੰਡੀ ਦੀ ਗੱਲ ਕਰੀਏ, ਜੇ ਝੋਨੇ ਦੇ ਵਿੱਚ ਗੋਭ ਦੀ ਸੁੰਡੀ ਦਾ ਜੋ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਆ ਉਹ 5% ਤੋਂ ਜ਼ਿਆਦਾ ਆਪਾਂ ਨੂੰ ਮੁੰਜਰਾਂ ਜਾਂ ਗੋਭਾਂ ਸੁੱਕੀਆਂ ਦਿਸਣ, ਜਦੋਂ ਆਪਾਂ ਝੋਨੇ ਦੇ 100 ਬੂਟੇ ਦੇਖਦੇ ਹਾਂ ਖੇਤ ਦੇ ਵਿੱਚ, ਜੇ 100 ਦੇ ਵਿੱਚੋਂ ਝੋਨੇ ਦੇ 5 ਬੂਟੇ ਜਾਂ 5 ਤੋਂ ਜ਼ਿਆਦਾ ਬੂਟੇ ਸੁੱਕੇ ਹਨ, ਅਤੇ ਜਾਂ ਬਾਸਮਤੀ ਦੇ ਵਿੱਚ ਇਸਦਾ ETL ਲੈਵਲ 2% ਆ, ਕਿ 100 ਵਿੱਚੋਂ ਜੇਕਰ 2 ਬੂਟੇ ਵੀ ਸੁੱਕੇ ਆ ਬਾਸਮਤੀ ਦੇ ਤਾਂ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਆ। ਇਹ ਹੁੰਦਾ ਜੀ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਗੋਭ ਦੀ ਸੁੰਡੀ ਲਈ। ਉਸ ਤੋਂ ਅੱਗੇ ਆਉਂਦਾ ਵਾਈਟ ਬੈਕਡ ਪਲਾਂਟ ਹੋਪਰ, ਜਿਹੜਾ ਚਿੱਟੀ ਪਿੱਠ ਵਾਲਾ ਅਤੇ ਜਾਂ ਭੂਰਾ ਟਿੱਡਾ ਆਉਂਦਾ ਜਿਸ ਨੂੰ ਆਪਾਂ ਕਾਲਾ ਤੇਲਾ ਵੀ ਕਹਿ ਦਿੰਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ, ਉਸਦੇ ਲਈ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਹੁੰਦਾ 5 ਟਿੱਡੇ ਪ੍ਰਤੀ ਬੂਟਾ ਜਾਂ 5 ਤੋਂ ਜ਼ਿਆਦਾ ਟਿੱਡੇ। ਇਸ ਨੂੰ ਆਪਾਂ ਚੈੱਕ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਜਦੋਂ ਬੂਝੇ ਨੂੰ ਆਪਾਂ
ਥਾਪੜਦੇ ਹਾਂ ਅਤੇ ਜੇਕਰ ਪਾਣੀ ਦੇ ਵਿੱਚ ਪਾਣੀ ਖੜਾ ਜਾਂ ਜ਼ਮੀਨ ਦੇ ਉੱਪਰ ਬੂਟੇ ਦੇ ਵਿੱਚੋਂ ਪੰਜ ਜਾਂ ਪੰਜ ਤੋਂ ਜ਼ਿਆਦਾ ਟਿੱਡੇ ਡਿੱਗਦੇ ਆ ਤਾਂ ਉਸ ਨੂੰ ਰੋਕਣ ਲਈ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਹੈ। ਜਿਹੜੇ ਭੂਰੇ ਟਿੱਡੇ ਆ ਜਾਂ ਚਿੱਟੀ ਪਿੱਠ ਵਾਲੇ ਟਿੱਡੇ ਆ ਇਹਨਾਂ ਦਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ 5 ਜਾਂ 5 ਤੋਂ ਵੱਧ ਟਿੱਡੇ ਪ੍ਰਤੀ ਬੂਟਾ ਹੋਣਾ। ਉਸ ਤੋਂ ਅੱਗੇ ਜੇ ਆਪਾਂ ਨਰਮੇ ਦੀ ਗੱਲ ਕਰੀਏ, ਨਰਮੇ ਦੇ ਵਿੱਚ ਜਿਹੜੇ ਮੇਜਰ ਪੈਸਟ ਆ ਜਿਹੜੇ ਜ਼ਿਆਦਾ ਹਮਲਾ ਕਰਨ ਵਾਲੇ ਜਾਂ ਜ਼ਿਆਦਾ ਨੁਕਸਾਨ ਕਰਨ ਵਾਲੇ ਨਰਮੇ ਦੇ ਵਿੱਚ ਆ ਉਹ ਹੈਗਾ ਇੱਕ ਤਾਂ ਹਰਾ ਤੇਲਾ ਜਾਂ ਚੇਪਾ। ਜਦੋਂ ਇਸ ਦਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਆ ਕਿ ਜਦੋਂ ਬੂਟੇ ਦੇ ਜਿਹੜੀ ਫਸਲ ਆਪਾਂ ਨੂੰ ਦੂਰੋਂ ਉੱਪਰਲੀ ਜਿਹੜੀ ਉਸਦੀ ਕਨੋਪੀ ਹੁੰਦੀ ਹੈ ਛਤਰੀ ਹੁੰਦੀ ਆ, ਜੇਕਰ ਖੇਤ ਵਿੱਚ 50% ਆਪਾਂ ਨੂੰ ਛਤਰੀ ਇਸ ਤਰ੍ਹਾਂ ਲੱਗੇ ਕਿ ਉੱਪਰਲੇ ਜਿਹੜੇ ਪੱਤੇ ਆ ਉਹ ਪੀਲੇ ਜਿਹੇ ਭਾ ਮਾਰਨ ਲੱਗ ਗਿਆ ਅਤੇ ਆਪਾਂ ਨੂੰ ਉਸਦੇ ਰੋਕਣ ਦੇ ਲਈ ਸਪਰੇਅ ਕਰ ਦੇਣੀ ਚਾਹੀਦੀ ਆ। ਅਤੇ ਜਿਹੜੀ ਚਿੱਟੀ ਮੱਖੀ ਲਈ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਆ ਕਿ 10 ਵਜੇ ਤੋਂ ਪਹਿਲਾਂ ਆਪਾਂ ਇਸਦਾ ਨਿਰੀਖਣ ਕਰਨਾ ਹੁੰਦਾ ਬੂਟਿਆਂ ਦਾ। 10 ਵਜੇ ਤੋਂ ਪਹਿਲਾਂ ਜੇਕਰ ਆਪਾਂ ਨੂੰ ਪੱਤਿਆਂ ਦੇ ਉੱਪਰ ਪ੍ਰਤੀ ਪੱਤਾ 6 ਮੱਖੀਆਂ ਆਪਾਂ ਨੂੰ ਚਿੱਟੀਆਂ ਮੱਖੀਆਂ ਦਿਸਦੀਆਂ ਤੇ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਹੈ। ਜੇਕਰ 6 ਤੋਂ ਘੱਟ ਗਿਣਤੀ ਆ, 5 ਆ ਜਾਂ 4 ਆ, ਤੇ ਆਪਣੀ ਫਸਲ ਨੂੰ ਕੋਈ ਵੀ ਇਸਦਾ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਸਪਰੇਅ ਕਰਨ ਤੇ ਖਰਚਾ ਆਉਣਾ, ਤੇ ਉਸ ਵੱਲੋਂ ਕੀਤਾ ਜਾ ਰਿਹਾ ਨੁਕਸਾਨ ਇੱਕ ਬਰਾਬਰ ਹੀ ਹੁੰਦਾ। ਪਰ ਜਦੋਂ ਇਹ ਆਪਣੀ ਇਕਨੋਮਿਕ ਇੰਜਰੀ ਲੈਵਲ ਤੇ ਪਹੁੰਚ ਜਾਂਦੀ ਹੈ, ਜਦੋਂ ਇਹਨਾਂ ਦੀ ਗਿਣਤੀ 6 ਜਾਂ 6 ਤੋਂ ਵੱਧ ਹੋ ਜਾਂਦੀ ਆ ਤੇ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਹੈ। ਜੇ ਕਿਸਾਨ ਵੀਰੋ ਸਮਝ ਲੱਗ ਗਈ ਹੋਵੇ ਜਾਂ ਕੋਈ ਹੋਰ ਕੁਐਸਚਨ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ।